फड़ पैसे पर मैनू एक गल नहीं समझ आई हैगी जो मैं चोरी नहीं की तेन दस मेरे एतवार नहीं है खड़े पैर जाके आड़ती तो पैसे लेके आके तेरे ताए नू देने ऐ कि मैं चोर तुरिया फिरदा दे पुत मैं तेन न्याय नहीं कहती भी तू चोरी करी है तू एडा नहीं करी चोरी मैं पता तेरी सच्चाई का भी पता भी तू चोरी करी है। देखो जी तुसी लाया सी मेरे ते चोरी का इल्जाम ते आ फड़ो पैसे जेड़ा गहना गट्टा कटदा ओ ले आओ हैप्पी मेरी गल सुन ला तू काम ही करवाई जाना पैग पुग तां लवा दे दस पैग सारे नू लाउण गए हलवाई दे जिहड़े अपने प्रीही आए सारे नू उन्हां नू भी लवाउणा पऊगा ठीक है तू ऐ कर ओह नरमे दी ढोली चो अपनी नरमे दी ढोली पीए दारू दी चक के ते उच बोतलां भर ला तीन चार ते सारे नू लवा दे ओ भरावा मैनू पता मैं तेथों बिना पुछे उधर गया सी नरमे वाले कमरे च उत्थों बापू ने चक के किते होर रख दी ताए ने फिर ओह दूजे कमरे च होऊगी अपने नवारी वाले कमरे च पर तू चक लिया ना तू लिया यार तू चक के लिया उत्थे दो इंग्लिश दीआं बोतलां पईआं देसी पीनी होई देसी पी ली जिहड़ी मर्जी पी लो ਹੁਣ ਇੰਗਲਿਸ਼ ਤਾਂ ਗੇੜੀ ਪੀਊਗਾ ਦੇਸੀ ਪੀਊ ਚੱਲ ਮੈਂ ਲਿਆਉਣਾ ਫਿਰ ਚੱਕ ਕੇ ਸਾਰਿਆਂ ਨੂੰ ਲਵਾ ਦੀ ਉਹ ਤੂੰ ਬੇਫਿਕਰ ਹੋ ਜਾ ਸਾਰਿਆਂ ਨੂੰ ਲਵਾਉਂਗਾ ਹੁਣ ਦੱਸ ਕੱਲਾ ਤਾਂ ਨਹੀਂ 5 ਲੀਟਰ ਦੀ ਪੀ ਜੂੰਗਾ ਮੈਂ ਉਧਰ ਕੰਮ ਜਾ ਕੇ ਆਉਣਾ ਚੰਗਾ ਚੰਗਾ ਲੈ ਕਹਿੰਦੇ ਇੱਥੇ ਢੋਲੀ ਲੱਗ ਕਿਹੜਾ ਢੋਲਾ ਪਿਆ ਇੱਥੇ ਊਂ ਹੀ ਦੱਸ ਊਂ ਹੀ ਕਰ ਓਏ ਆਹ ਫੋਟੋ ਲੈ ਪਾਇਆ ਇਹ ਤਾਂ ਬਾਪੂ ਦੀ ਫੋਟੋ ਆ ਤੇ ਵਿਚਾਲੇ ਚਮਕੀਲਾ ਖੜਾ ਬਹੁਤ ਪੁਰਾਣੀ ਫੋਟੋ ਹੈ ਐਂ ਕਰਦਾ ਇਹ ਫੋਟੋ ਨੂੰ ਲੈ ਜਾਣਾ ਫੋਟੋ ਤੋਂ ਫੋਟੋ ਕਰਾ ਕੇ ਨਾ ਵਾਪਸ ਮੋੜ ਜੂੰਗਾ जे ऊ मंगी ना हैप्पी अर्गे ने गाली पै जाना इन्हू लुको के लै जाना अं हिसाब चाहूगा कम कुछ नहीं मैनू ना हैप्पी कहना इत्थे दारू वाली ढोली पई है मैं तो वह लभण आया सीगा दारू डर गया भैन तो माइया का समान माइया बिठा मेनू जिम्मेवार जाए भाई हां बापू जाए इस टुम्मा टाकी सारा कुछ फड़ लेंदा ते जेडे बही ते पैसे लिखाउणे सी ओ भी लिखा लेंदे चलो लिखा दो मेनू तो दिखा दे माने कि कुछ है हां बापू समझा पियो मैं रेपी नु फड़ाईयां गे ते मैं लिया के तेनु सारा टुम्मा टाके हुणी दिखाउणी ना एक कड़ा छाप रोणे वाला हां हां सारा को मेनू दिखा कि केड़ा कुछ है लेउणी लेउणी पीछे दा की बड़बड़ करदी फिरदी है की हो गया ਨੀ ਭਾਬੀ ਕੀ ਬੜਬੜ ਕਰਦੀ ਫਿਰਦੀ ਓ ਰੈਂਪੀ ਨੂੰ ਪੁੱਛਿਆ ਉਹ ਨਹੀਂ ਦੱਸਦੀ ਉਹੀ ਮੈਂ ਤਾਂ ਸੋਚਾ ਪੰਚੀ ਚ ਪਾ ਕੇ ਧਰਤਾਗਾ ਕੀ ਪੁੱਛਦੀ ਐ ਤੂੰ ਮੈਨੂੰ ਪੁੱਛ ਤੈਨੂੰ ਕੀ ਪੁੱਛਾਂ ਉਹ ਰੈਂਪੀ ਨੂੰ ਕਿਹਾ ਮੈਂ ਕੜਾ ਸ਼ਾਂਪ ਜੇ ਬਾਪੂ ਕਹਿੰਦਾ ਮੈਨੂੰ ਸਾਰਾ ਟੁੰਮਾ ਦਿਖਾ ਦੋ ਫਿਰ ਬਾਪੂ ਨੇ 100 ਕੰਮ ਕਰਨੇ ਹੁੰਦੇ ਮੈਂ ਆਖਿਆ ਚੱਲ ਨਾਲ ਦੀਆਂ ਦਿਖਾ ਕੇ ਸੌਂ ਦਾਂਗੇ ਹਨਾ ਰੈਂਪੀ ਕਹਿੰਦੀ ਮੇਰਾ ਸਿਰ ਦੁਖਦਾ ਆਰਾਮ ਨਹੀਂ ਕਰਨ ਦੇ ਗੋਲੀ ਲੈ ਕੇ ਉਹ ਸੌਂਗੀ ਮੋਜਾ ਨਾ ਪਹਿਲਾਂ ਮੈਂ ਟੁੰਮਾ ਨਹੀਂ ਦਿੱਤਾ ਨਹੀਂ ਤੂੰ ਪਾਣੀ ਪੀਲਾ ਕਿਉਂ ਗਰਮ ਹੋਈ ਫਿਰਦੀ ਐ ਟੁੰਮਾ ਮਿਲ ਜਾਣਗੀਆਂ ਟੁੰਮਾ ਇੱਥੇ ਤਾਂ ਰੱਖਣਾ ਆਪਾਂ ਅਕੇ ਇੱਥੇ ਰੱਖਣਾ ਤੇਰੀ ਲਵਾਰੀ ਚ ਕਹਿੰਦੀ ਸੀਗੀ ਹੁਣ ਮੈਂ ਤੇਰੀ ਲਵਾਰੀ ਚ ਵੀ ਦੇਖਾਈ ਮੈਂ ਤਾਂ ਕਿਤੇ ਵੀ ਨਹੀਂ ਥੈਂ ਜਾਂ ਮੈਂ ਤਾਂ ਪੇਟੀ ਚ ਮੰਜੇ ਤੇ ਸਾਰੇ ਕਿਤੇ ਦੇਖੇ ਨਹੀਂ ਤੇਰੇ ਟਰੰਕ ਫਰੋਲਣਾ ਪੈ ਗਿਆ ਮਜਬੂਰ ਹੋ ਕੇ ਮੈਂ ਤਾਂ ਉਹ ਵੀ ਦੇਖ ਕੇ ਆ ਗਈ ਆਇਆ ਤੂੰ ਹੀ ਦਿਖਾ ਦੇ ਮੈਂ ਤਾਂ ਥੈਂ ਜਾਣੀ ਕੁੜੇ ਮੈਂ ਤਾਂ ਤੈਨੂੰ ਸਾਰਾ ਕੁਝ ਸਮਝਾਤਾ ਸੀ ਮੈਂ ਕਿਹਾ ਮੇਰਾ ਦਿਮਾਗ ਚ ਨਹੀਂ ਰਹਿੰਦੀ ਗੱਲ ਮੈਨੂੰ ਐਸੀ ਤੂੰ ਹਿਆਰ ਵਾਲੀ ਐ ਤੂੰ ਸਾਰਾ ਕੁਝ ਸੰਭਾਲ ਲੇਗੀ ਤੂੰ ਤਾਂ ਉਹੀ ਰੌਲਾ ਪਵਾ ਕੇ ਹਟੇਂਗੀ ਭਾਬੀ ਮੈਂ ਰੌਲਾ ਨਹੀਂ ਪਵਾਉਂਦੀ ਦੇਖ ਆਉਣ ਸਾਰ ਤੂੰ ਪਸੂਆਂ ਚ ਵੜ ਗਈ ਮੈਂ ਆਖਿਆ ਚੱਲ ਇਧਰੋਂ ਧਾਰਾ ਤੱਪਿਆ ਤਾਂ ਮੈਂ ਤਾਈ ਨਾਲ ਕਰਾਲਾ ਹਜੇ ਉਹ ਗੋਹੇ ਕੂੜਿਆਂ ਨੂੰ ਕਿਹਾ ਸੀ ਉਹ ਕਰਨ ਲੱਗ ਗਈ ਮੈਂ ਤਾਂ ਉਧਰ ਉਲਝ ਗਈ ਆ ਰੈਂਪੀ ਜੀ ਨੂੰ ਕਿਹਾ ਸੀ ਹੁਣ ਕਹਿੰਦੀ ਹਜੇ ਵੀ ਨਾ ਬੁਲਾਓ ਸੋਨੂੰ ਪਟੈਂਸ਼ਨ ਹੋਊਗੀ ਕਹਿੰਦੀ ਮੈਨੂੰ ਕੀ ਹੈ ਮੈਂ ਤਾਂ ਆਰਾਮ ਕਰ ਦਿਓ ਪੈਗੀ ਆ ਜਾ ਮੇਰੇ ਨਾਲ ਤੂੰ ਭਲਾ ਲਾ ਨਹੀਂ ਆ ਜਾ ਚੱਲ ਮੈਂ ਤਾਂ ਸਮਝ ਉਹ ਜੇ ਬਾਪੂ ਨੂੰ ਪਤਾ ਲੱਗੇ ਗਾਲਾਂ ਦੂਗਾ ਤੂੰ ਤਾਂ ਸਮਝ ਨਾ ਚੱਲ ਮੈਂ ਹੀ ਜਾਣੀ ਆ ਕੀ ਦੱਸ ਦਿਨਾ ਕਿ ਦੱਸਾਂਗੇ ਬਾਪੂ ਕੀ ਦੱਸ ਦਿਨਾ ਬਾਪੂ ਨੂੰ ਭਾਬੀ ਮੈਂ ਸਫਲੇ ਪਏ ਫਿਰਦੇ ਕੀ ਬੜਬੜ ਲਾ ਲਈਆ ਤੇ ਕੀ ਬੜਬੜ ਲਾਉਣੀ ਸੀ ਕਿ ਟੁੰਮਾ ਨਹੀਂ ਥੈਂ ਜਾਂ ਕਿ ਤੋ ਵੀ ਪ੍ਰਾਉਣੇ ਦਾ ਨਾ ਕੋਈ ਮਾਮੇ ਮਾਸੇ ਵਾਲ ਦਾ ਕੋਈ ਵੀ ਛਾਪਾ ਛੱਲੇ ਕੁਝ ਨਹੀਂ ਥੈ ਐਦੀ ਪੇਟੀ ਪੱਟ ਮਾਂ ਦੀ ਪੱਟ ਮੇ ਉਹ ਸੰਦੂਕ ਪਰੋੜ ਰੱਖੀਆਂ ਸੀ ਸਾਡੇ ਤਾਂ ਬਲੱਡ ਵਧਾਤੇ ਉਹ ਅਸੀਂ ਤਾਂ ਹੰਭ ਹੁਣ ਬਾਪੂ ਨੂੰ ਤੂੰ ਰੱਖੀਆਂ ਕਿੱਥੇ ਸੀ ਰੈਂਪੀ ਨੇ ਰੱਖਣਾ ਸੀ ਲਵਾਰੀ ਚ ਕਿੱਥੇ ਆਪਾਂ ਰੱਖ ਦਿੰਨੇ ਉੱਥੇ ਰੱਖਣਾ ਪਰਸ ਜੇ ਰੱਖਣਾ ਖਾ ਕੇ ਉੱਥੇ ਮੈਂ ਬੰਟੂ ਨੂੰ ਭੇਜਿਆ ਸੀ ਦਾਰੂ ਚੱਕਾ ਹਾਏ ਮੈਂ ਮਰ ਜਾਵਾਂ ਵਿਆਹ ਤਾਂ ਉਹਨੇ ਜੱਗੋ 13ਵੀਂ ਕਰਤੀ ਇਹਦਾ ਮਤਲਬ ਫਿਰ ਉਹੀ ਚੋਰ ਆਗਾ ਮੈਂ ਵੀ ਉਹਨੂੰ ਦੇਖਿਆ ਸੀ ਜਦੋਂ ਦਾਰੂ ਅੰਦਰੋਂ ਲੈਣ ਗਿਆ ਸੀ ਮੈਂ ਲੈਣ ਗਈ ਸੀ ਮਾਈਆਂ ਦਾ ਸਮਾਨ ਜਾਂ ਕੁੜੀ ਨੂੰ ਬਿਠਾਣ ਉਹ ਤਾਂ ਐਂ ਕਰਕੇ ਕੁਛ ਲੁਕੋਈ ਜਾਂਦਾ ਸੀ ਮੈਨੂੰ ਤਾਂ ਲੱਗਦਾ ਭੈਣੇ ਉਹਨੇ ਕੱਲਾ ਬਟੂਆ ਟੁੰਮਾ ਵਾਲਾ ਕੱਢ ਲਿਆ ਪਰਸ ਚੋਂ ਫਿਰ ਉਹ ਲੱਗਦਾ ਵੀ ਉਹਨੂੰ ਚੋਰ ਛਟਕਾਇਆ ਚੱਲ ਬਾਪੂ ਨੂੰ ਦੱਸਣ ਤੋਂ ਪਹਿਲਾਂ ਨਾ ਉਹਨੂੰ ਸੱਦ ਲੈ ਹੁਣ ਕਹਿੰਦੇ ਤੇਰੀ ਮਾਂ ਤੇ ਭਾਈ ਸਾਡੇ ਘਰੇ ਆ ਜਾਓ ਅਸਤਾ ਇਹ ਰਿਸ਼ਤੇਦਾਰ ਤੋਂ ਉਹੀ ਚੰਗੇ ਚਾਚੇ ਤਾਇਆ ਨਾਲ ਉਹਨੂੰ ਉੱਥੇ ਸੱਦਾ ਮੈਂ ਸਾਰੇ ਕਿਤੇ ਆਪਦੇ ਵੀ ਆਪਦੇ ਤੇ ਬਾਹਰ ਕਰਨ ਲੱਗ ਕੇ ਬਦਲਿਆ ਕੁਛ ਹੁੰਦਾ ਅੱਗੇ ਹੁੰਦਾ ਸੀ ਅੱਗੇ ਰਿਵਾਜ ਵਾਲੇ ਹੁਣ ਕਿੱਥੇ ਰਹੇ ਵੀ ਸਰੀਕੇ ਕਬੀਲੇ ਨੇ ਸਾਰਾ ਵਿਆਹ ਸਮਾਨੋਂ ਅਗਲਾ ਕਰ ਲੈਂਦਾ ਸੀ ਅੱਗੇ ਤੱਕੇ ਹੁਣ ਤਾਵਲੇ ਨੂੰ ਆਏ ਹੁੰਦਾ ਮੇਰੇ ਹੱਥਾਂ ਵੀ ਲੱਗ ਜੇ ਆ ਵੀ ਲੱਗ ਜੇ ਚੱਲ ਨਾ ਉਹ ਕੋਈ ਜਾ ਕੇ ਆਣਾ ਫਿਰ ਜਾ ਉਹਨੂੰ ਕਹਿ ਕੇ ਆ ਕੇ ਛੇਤੀ ਆ ਜਾ ਬਸ ਫੋਨ ਕਰਦੇ ਨਹੀਂ ਹਣ ਚੰਗੀ ਨਹੀਂ ਕੀਤੀ ਵੰਟੂ ਨੇ ਵੀ ਬਾਪੂ ਨੂੰ ਮਾੜਾ ਜਿਹਾ ਕੰਨ ਸੁਣ ਕਰਕੇ ਬਾਪੂ ਨੇ ਚਲੋ ਬਾਪੂ ਕੋਲੇ ਵੀ ਚੱਲ ਗਿਆ ਆ ਜਾ
ਦੇਖ ਲੈ ਬਾਪੂ ਸ਼ਰਮ ਦਾ ਘਾਟਾ ਕਿਹੜੇ ਵੇਲੇ ਸੱਦਿਆ ਅੱਗੇ ਤਾਈ ਤੜਕੀ ਆ ਵੜਦੀ ਆਉਣਗੇ ਕਿਉਂ ਛੇਤੀ ਅਗਲੇ ਟੁਮਾ ਟਾਮਾ ਸਾਂਭ ਕੇ ਆਉਣਗੇ ਓਏ ਪੁੱਤੋ ਆਉਂਦਾ ਪਹਿਲਾਂ ਚੱਜਣਾ ਘਰ ਦੇਖ ਲੋ ਐ ਨਹੀਂ ਲਿਆਉਂ ਲੋਗੇ ਹੁੰਦੇ ਵਿਕੇ ਕਬੀਲੇ ਤੇ शर्म नी की हो गया नाले चोर नाले चतराइया घंटा हो गया सद्या हुण घर दूर हो गया साडा ओ तां मैं कम गया होया सीगा एहे जी की गल हो गई सानू दसो तां सही मसला साडिया पई टूमा गुमाच गया हां आ देख ला मां मां समझा दे बिना गलत इल्जाम लाई जाने काम ही नहीं किया है दारू वाली कहनी चकन गया यार तू मैनू कहा था हैगा सी मेरे बापू दी फोटो पई सी मैं फोटो चक के ना मैं चल लै जाना जो भैन आई मैं डर गया मैं एकदम ओह लुको के उथो तां भग गया मेरी भाभी ने असी बरतन है कोई तरीके ना वाली नहीं बड़ी हो जाओ साडे घरों बग जाओ साडा ब्याह भी हो जाओ मेरा दिल मानदा नहीं ठीक है चलो जो तुम कहने चल मैं भी कोई करता कम बनना है भाई पानी को भी जाके आना पूगा कोई लोड़ नहीं पानी को जाने आप सारा कुछ कर लू मैं करना चाहता तू आता कोई कम जो है कर लगा तो भाई गल सुन ला मेरी जो कम होना से हो गया हाँ तू मेरी जाकट दे ते मैं अपना कोई पैसा का इंतजाम करके प्रधान को जा करना मैं उ तो फड़ दूंगा पैसे में उन्होंने आप समझा बाद अच्छा हाँ ब्याह च रौला पाते चंगे लगते पुत कोई कुछ कहना कोई कुछ कहना होंगे ठीक है ਉਹਦੇ ਚ ਆਇਆ ਵੀ ਨਹੀਂ ਧਰਜੂ ਹੁਣ ਆਖਰੀ ਧਰਜੂ ਆ ਲੈ ਪੰਡ ਥੁੰਨਿਆ ਪਿਆ ਪੰਡ ਚ ਕਾਹਦੀ ਗੱਲ ਹੈ ਯਾਰ ਜਾਗਟ ਕਿੱਥੇ ਮਚਾਤੀ ਜਾਗਟ ਆਪ ਹੀ ਸਿੱਟੀ ਜਾਗਟ ਤਾਂ ਫੇਰ ਹੀ ਵਾਪਰ ਉਹਨਾਂ ਕੋਲ ਹੀ ਚੱਲ ਲੈ ਦੱਸ ਹੁਣ ਕਸੂਰਵਾਰ ਕੌਣ ਹੈ ਕਿਹਨੂੰ ਕਿਹਨੂੰ ਕਹੋ ਕਰਾਂਗੇ ਹੈਪੀ ਗਾਣ ਨੂੰ ਲਿਆ ਪੁੱਤਰ चली चल
ਬਾਪੂ ਫਿਰ ਮੈਂ ਤਾਂ ਨਾ ਕਾਲੀ ਕਾਲੀ ਚ ਮੈਂ ਇੱਥੇ ਖਲਾਰਾ ਪਾਇਆ ਪਿਆ ਵਿਆਹ ਤੋਂ ਬਾਅਦ ਹੀ ਧਮਾਵਾਂਗੇ ਮੱਖਰ ਕੱਪੜੇ ਮੇ ਤਾਂ ਗਠੜੀ ਬੰਨ ਕੇ ਨਾ ਉੱਧਰ ਰੱਖੇ ਸੀ ਮਾਰਾ ਕੰਨ ਤੇ ਲੱਪੜ ਤੇਰੇ ਟਿਕਾ ਕੇ ਪੱਟੀ ਮੇਜ਼ ਕਰਤੀ ਬਿੰਦ ਚ ਸਰੀਕੇ ਦੇ ਸਿਰ ਲਾਤੀ ਜੀ ਜੋ ਚੱਲ ਕੋਈ ਨਾ ਬਾਪੂ ਫਿਰ ਤਾਈ ਨੂੰ ਜਾ ਕੇ ਹੁਣ ਮਾਫੀ ਮੁਫੀ ਮੰਗ ਲਿਆਉਣੇ ਆ ਆਪਣਾ ਸਫ਼ਰ ਵਧੀਆ ਹੋ ਗਿਆ ਇਹ ਮੰਗਣੀ ਪਊਗੀ ਹੁਣ ਗੱਲ ਕਰ ਤੂੰ ਇੰਨਾ ਦਾ ਸੋਚਿਆ ਕਰ ਜਦੋਂ ਇੰਨੇ ਕੱਪੜੇ ਬੰਨੇ ਤੈਨੂੰ ਐ ਤਾਂ ਪਤਾ ਹੋਣਾ ਚਾਹੀਦਾ ਵੀ ਇਹਦੇ ਵਿੱਚ ਕੀ ਚੀਜ਼ ਹੈ ਤੂੰ ਵੀ ਮਾੜਾ ਮਾੜਾ ਮਗਰ ਲਾ ਕੇ ਜਲ ਕੇ ਨਿਕਲ ਲਿਖੋ ਜਦ ਕਰੋ ਲਿਖੋ ਜਦ ਕਰੋ ਕੋਈ ਨਾ ਤਾਂ ਮੈਂ ਵੰਟੂ ਤੋਂ ਗਲਤੀ ਮੰਨ ਲੂੰਗਾ ਮੰਨਣੀ ਤਾਂ ਪਊਗੀ ਹੁਣ ਗਲਤੀ ਜੁਆ ਲਿਆ ਕਸੂਰ ਨਹੀਂ ਸਾਰਾ ਕੁਛ ਆ ਕੁੜੀ ਕਰਾਉਂਦੀ ਹੈ ਕੁੜੀ ਕਰਾਉਂਦੀ ਹੈ ਕੋਈ ਨਾ ਮੈਂ ਤਾਈ ਤੋਂ ਮਾਫੀ ਮੰਗ ਲੂ ਨਾਲੇ ਉਹ ਤਾਂ ਮੇਰਾ ਭਰਾ ਹੈਗਾ ਤਾਈ ਚਾਚੇ ਵੀ ਧੀਆਂ ਨੂੰ ਮਾਫ ਕਰ ਦਿੰਦੇ ਹੁੰਦੇ ਕਰ ਦਿੰਦੇ ਹੁੰਦੇ ਤਾਈ ਚਾਚੇ ਧੀਆਂ ਨੂੰ ਮਾਫ ਨਹੀਂ ਕਰਦੇ ਧੀਆਂ ਤਾਈ ਚਾਚੇ ਦੇ ਸਿਰ ਵੀ ਲਾਉਂਦੇ ਸੀ ਨਾ ਚੱਲ ਕੋਈ ਨਾ ਬਾਪੂ ਉਹੀ ਗੱਲ ਹੋ ਗਈ ਕਹਿੰਦੇ ਅੱਖੀ ਦੇਖੇ ਕੰਨੀ ਸੁਣੇ ਬਿਨਾਂ ਵਿਸ਼ਵਾਸ ਨਾ ਕਰੇ ਮੈਂ ਬੰਟੂ ਨੂੰ ਅੰਦਰ ਖੜਾ ਦੇਖ ਲਿਆ ਸੀ ਤੇ ਕੀ ਪਤਾ ਬੰਟੂ ਚਲੋ ਬਾਹਲੀਆਂ ਗੱਲਾਂ ਨਾ ਕਰੋ ਹੁਣ ਤੁਸੀਂ ਤੇਰਾ ਚੱਲ ਗਿਆ ਪਾਪਾ ਗੱਲ ਸੁਣ ਬਾਪੂ ਤੂੰ ਆ ਬੁੜੀਆਂ ਨੂੰ ਵੀ ਮੋੜ ਲਾ ਬਾਪ ਐਨ ਮੈਂ ਕੱਲੀ ਜਾਂਦਾ ਉਦੋਂ ਬੰਟੂ ਤੇ ਤਾਈ ਨੂੰ ਮੈਂ ਇੱਥੇ ਹੀ ਲਿਆਉਣਾ ਆਪਣਾ ਘਰ ਬਾ ਹੈਗਾ ਬਾਰ ਬਾਰ ਜੇ ਆਪਾਂ ਉੱਥੇ ਜਾਵਾਂ ਇਕੱਠੇ ਹੋ ਕੇ ਨਾਲੇ ਤਾਂ ਉੱਥੇ ਆਂਡੇ ਆਂਡੇ ਨੂੰ ਪਤਾ ਲੱਗੂਗਾ ਠੀਕ ਹੈ ਇਹ ਤੇ ਆਪਣੀ ਬੇਇੱਜ਼ਤੀ ਹੈ ਤੂੰ ਮੈਂ ਉਹਨੂੰ ਤਾਈ ਤੇ ਬੰਟੂ ਨੂੰ ਇੱਥੇ ਹੀ ਲਿਆਉਣਾ ਇਹ ਵੀ ਗੱਲ ਤੇਰੀ ਸਿਆਣੀ ਹਰ ਠੀਕ ਹੈ ਤੂੰ ਇੱਥੇ ਲਿਆ ਆਪਾਂ ਇੱਥੇ ਕੋਈ ਗੱਲਬਾਤ ਕਰ ਲਾਂਗੇ ਸੋ ਕਰੀ ਉਹਨੂੰ ਤਰਾਸਾ ਦੇਵਾਂਗੇ ਭਾਈ ਵੀ ਸਾਡੀ ਗਲਤੀ ਹੋ ਜੇ ਉੱਥੇ ਗਿਆ ਉਹਨੇ ਰੌਲਾ ਆਪਾਂ ਤਾਂ ਵੀ ਸਾਡੀ ਬੇਇੱਜ਼ਤੀ ਦੀ ਨਾਲ ਆਪਣੀ ਬੇਇੱਜ਼ਤੀ ਵੱਡੀ ਹੋ ਗਈ ਹਾਂ ਮੈਂ ਇੱਥੇ ਹੀ ਲਿਆਉਣਾ ਬੁਲਾ ਲਿਆ ਚੰਗਾ ਹਾਂ ਕਾਲੀ ਆ ਬੰਟੂ ਕੋਲ ਜਾ ਕੇ ਆਉਣਾ ਉਹ ਬੰਟੂ ਕੇ ਨੀ ਤੈਨੂੰ ਮਿਲਦੇ ਕਿਉਂ ਉਹ ਤਾਂ ਬਸ ਚੜ ਗਏ ਮਾਨਸਾ ਨੂੰ ਜੇ ਤੈਨੂੰ ਕੋਈ ਹੋਰ ਕੰਮ ਆ ਤਾਂ ਜਾਇਆ ਚੱਲ ਮੇਰੇ ਨਾਲ ਮੁੜਿਆ ਮੈਨੂੰ ਤਾਏ ਤੇ ਜ਼ਰੂਰੀ ਕੰਮ ਆ ਜਾ ਮੈਂ ਨਾਲ ਵਗ ਚੱਲ ਤੂੰ ਤਾਏ ਨੂੰ ਮਿਲ ਲਾ ਮੈਂ ਤਾਂ ਇੱਧਰ ਹੀ ਆ ਜਾਣਾ ਜਰਾ ਤਾਂ ਮਾਂ ਹਾਂ ਆ ਫੜ ਪੈਸੇ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਹੈਗੀ ਜਦੋਂ ਮੈਂ ਚੋਰੀ ਨਹੀਂ ਕੀਤੀ ਤੈਨੂੰ ਦੱਸ ਮੇਰੇ ਤੇ ਇਤਵਾਰ ਨਹੀਂ ਹੈਗਾ ਖੜੇ ਪੈਰ ਜਾ ਕੇ ਆੜਤੀ ਤੋਂ ਪੈਸੇ ਲੈ ਕੇ ਆ ਕੇ ਤੇਰੇ ਤਾਏ ਨੂੰ ਦੇਣੇ ਐ ਕੀ ਮੈਂ ਚੋਰ ਤੁਰਿਆ ਫਿਰਦਾ ਵੇ ਪੁੱਤ ਮੈਂ ਤੈਨੂੰ ਨਹੀਂ ਆਈ ਨਹੀਂ ਕਹਿੰਦੀ ਵੀ ਤੂੰ ਚੋਰੀ ਕਰੀ ਹੈ ਤੂੰ ਐਡਾ ਨਹੀਂ ਕਰੀ ਚੋਰੀ ਮੈਨੂੰ ਪਤਾ ਤੇਰੀ ਸੱਚਾਈ ਦਾ ਵੀ ਪਤਾ ਵੀ ਤੂੰ ਚੋਰੀ ਕਰੀ ਨਹੀਂ ਗੀ ਪੁੱਤ ਉਹਦਾ ਧੀ ਧਿਆਣੀ ਦਾ ਵਿਆਹ ਹੈ ਪਿਛੇ ਮਾਣ ਹੋਇਆ ਪਿਆ ਤੇਰੇ ਤਾਇਆ ਆਪਾਂ ਹੁਣ ਇਹ ਜਿਹੜਾ ਆਪਾਂ ਨੂੰ ਉਹਨਾਂ ਨੇ ਧੱਕਾ ਮਾਰਿਆ ਚਲ ਉਹਦੀ ਤੂੰ ਅਣਖ ਮੰਨਦਾ ਵੀ ਆਪਾਂ ਚੋਰੀ ਕਰੀ ਨੀ ਗੀ ਪੁੱਤ ਆਪਾਂ ਕੇਰਾ ਉਹਨਾਂ ਦਾ ਵਿਆਹ ਸਿਰੇ ਚੜ ਜੇ ਦੇ ਕੇ ਪੈਸੇ ਉਹ ਗੱਲ ਆਪਾਂ ਕਲੀਅਰ ਕਰਾਂਗੇ ਮਗਰੋਂ ਪੁੱਤ ਜਦੋਂ ਵਿਆਹ ਹੋ ਹਟਿਆ ਤੇਰੀ ਸੱਚਾਈ ਦੀ ਉਹ ਮਾਂ ਮੇਰੀ ਗੱਲ ਸੁਣ ਲੈ ਉਹ ਦੱਸ ਹੈਪੀ ਨੂੰ ਸ਼ਰਮ ਨਹੀਂ ਆਈ ਹੈਗੀ ਚੱਲ ਮੈਨੂੰ ਤਾਂ ਜਿਹੜੇ ਧੱਕੇ ਮਾਰਨੇ ਸੀ ਮਾਰੇ ਤੈਨੂੰ ਵੀ ਧੱਕੇ ਮਾਰ ਕੇ ਕੱਢਿਆ ਤੇ ਤੂੰ ਉਹਨਾਂ ਦਾ ਇੰਨਾ ਕਰੀ ਜਾਂਦੀ ਆ ਮੈਂ ਕਹਿੰਦਾ ਇਹਨਾਂ ਨੂੰ ਐਂ ਤੁਰੇ ਫਿਰਨ ਦੇ ਨਾਲੇ ਇਹਨਾਂ ਨੂੰ ਲੱਗ ਜੂ ਪਤਾ ਮੈਂ ਕਿਹੜਾ ਚੋਰੀ ਕੀਤੀ ਸੀ ਉਹਨਾਂ ਕਰੋ ਪੁੱਤ ਮੇਰੀ ਗੱਲ ਸੁਣ ਹੈਪੀ ਦਾ ਜਿੰਨਾ ਕੁ ਦਿਮਾਗ ਉਹਨਾਂ ਕੁ ਵਰਤ ਲਿਆ ਆਪਦਿਆਂ ਨਾਲ ਉਹਨਾਂ ਇੱਕੇ ਲੰਗ ਟੁੱਟਿਆ ਨਹੀਂ ਜਾਂਦਾ ਹੁੰਦਾ ਵੀ ਆਪਾਂ ਕੇਰਾ ਉਹਨਾਂ ਦੀ ਆਪ ਦੇ ਕੇ ਪੈਸੇ ਉਹਨਾਂ ਨੂੰ ਕੇਰਾ ਕੁੜੀ ਨੂੰ ਬਾਹਰੋਂ ਉਠਾ ਦੇਣ ਦੇ ਉਹ ਮੈਂ ਤੇਰੀ ਗੱਲ ਸਮਝ ਗਈ ਜਿਹੜੀ ਤੂੰ ਕਹੀ ਜਾਂਦਾ ਮੈਨੂੰ ਮੇਰੇ ਦਿਮਾਗ 'ਚ ਤਾਂ ਉਦੇ ਦੀ ਹੈ ਇਹ ਗੱਲ ਪਰ ਕੋਈ ਗੱਲ ਨਹੀਂ ਗੁੱਸਾ ਜ਼ਰੂਰ ਆਇਆ ਧੱਕਾ ਮਾਰੇ ਦਾ ਗੁੱਸਾ ਪੁੱਤ ਆਪਦਿਆਂ ਤੇ ਆਉਂਦਾ ਵੀ ਹੁੰਦਾ ਆਪਦਿਆਂ ਤੇ ਢਾਲਾ ਵੀ ਕਰਨਾ ਪੈਂਦਾ ਚੱਲ ਕੋਈ ਗੱਲ ਨਹੀਂ ਜੇ ਤੈਨੂੰ ਇੰਨਾ ਹੈਗਾ ਮੈਂ ਪੈਸੇ ਫੜਾਉਣਾ ਪਰ ਇਹ ਗੱਲ ਮੈਂ ਕਲੀਅਰ ਕਰਾਉਂਗਾ ਮੈਂ ਕਿਹੜਾ ਚੋਰ ਤੁਰਿਆ ਫਿਰਦਾ ਉਹ ਤਾਂ ਮੈਂ ਤੇਰੀ ਗੱਲ ਸਮਝ ਗਈ ਪੁੱਤ ਆਪਾਂ ਤੇਰੇ ਤਾਏ ਦੇ ਮੂੰਹ ਨੂੰ ਹੈਪੀ ਨੂੰ ਇੰਨੀ ਅਕਲ ਹੈ ਨਹੀਂ ਗੀ ਵੱਡੇ ਬੰਦੇ ਦੇ ਸਿਆਣੇ ਉਹਨਾਂ ਦਾ ਪਤਾ ਦਿਲ ਤੇ ਕੀ ਬੀਤਦੀ ਹੈ ਕੁੜੀ ਤਾਂ ਹੁਣ ਆਪਾਂ ਨੂੰ ਬਾਹਰੋਂ ਜੇ ਆਪਣੀ ਹੋਵੇ ਆਪਣੀ ਕੁੜੀ 'ਚ ਤੇ ਉਹਨਾਂ ਦੀ 'ਚ ਕੀ ਫਰਕ ਹੈ ਪੁੱਤ ਧੀ ਦਾ ਵਿਆਹ ਹੈ ਇਹ ਗੱਲ ਤੂੰ ਸਿਆਣਾ ਤੂੰ ਹੀ ਸਮਝ ਮੈਂ ਤੈਨੂੰ ਚੋਰੀ ਨੂੰ ਨਹੀਂ ਕਹਿੰਦੀ ਪੁੱਤ ਮੈਨੂੰ ਤਾਂ ਯਕੀਨ ਹੈ ਵੀ ਮੇਰਾ ਪੁੱਤ ਨਹੀਂ ਚੋਰੀ ਕਰਦਾ ਉਹਨਾਂ ਨੂੰ ਜਿਹੀ ਜਿਹੀ ਉਹਦੇ ਦਿਮਾਗ 'ਚ ਆਈ ਵਰਤ ਲਈ ਉਹਨਾਂ ਨੇ ਬਸ ਇਹ ਗੱਲ ਆਪਾਂ ਨਾ ਮਗਰੋਂ ਸਾਰੀ ਬਹਿ ਕੇ ਕਲੀਅਰ ਕਰਾਂਗੇ ਪੁੱਤ ਵਿਆਹ ਹੋ ਉੱਠਣ ਦੇ ਲੈ ਫਿਰ ਫੜਾ ਪੈਸੇ ਜੇ ਮੈਂ ਫੜਾ ਆਈ ਹਾਂ ਪੁੱਤ ਉਹਨਾਂ ਦੇ ਇਹ ਬਾਲੀ ਵੱਡੀ ਗੱਲ ਹੈ ਪੁੱਤ ਪੈਸਿਆਂ ਦੀ ਜਦੋਂ ਵਿਆਹ 'ਚ ਇਹ ਚੋਰੀ ਹੋ ਜਾਏ ਨਾ ਬੰਦੇ ਦਾ ਦਿਮਾਗ ਘੁੰਮ ਜਾਂਦਾ ਮੇਰੀ ਗੱਲ ਸੁਣ ਮੈਂ ਹੁਣ ਨਹੀਂ ਜਾਂਦਾ ਹੈਗਾ ਮੈਂ ਆਪਾਂ ਤੜਕੇ ਸਵੇਰੇ ਚੱਲਾਂਗੇ ਹੁਣ ਹਨੇਰਾ ਹੋਇਆ ਪਿਆ ਐਵੇਂ ਉਹਦੇ ਹੈਪੀ ਦਾ ਪੈਗ ਲੱਗਿਆ ਹੋਊਗਾ ਮੁੜ ਕੇ ਕਲੇਸ਼ ਕਰੂਗਾ ਤੜਕੇ ਵਗ ਚੱਲਾਂਗੇ ਫਿਰ ਆਪਾਂ ਆ ਵੀ ਤੇਰੇ ਵਾਲੀ ਗੱਲ ਸਿਆਣੀ ਹੈ ਚੱਲ ਤੜਕੇ ਆਪਾਂ ਦੋਨੇ ਮਾਂ ਪੁੱਤੀ ਫੜਾ ਆਵਾਂਗੇ ਚੱਲ ਅਲਮਾਰੀ 'ਚ ਸਾਂਭਦੇ ਫਿਰ ਚੱਲ ਸਾਂਭ ਦਿੰਦੀ ਆ ਚੰਗਾ ਚੰਗਾ ਤੂੰ ਇਹ ਕਰ ਦੁਬਾਰਾ ਜਾ ਕੇ ਉਹਨਾਂ ਦੇ ਘਰੇ ਪੁੱਤੋ ਜਾ ਆਣਾ ਫਿਰ ਬਾਪੂ ਹੋਰ ਜਾ ਕੇ ਆ ਹੁਣ ਤੂੰ ਕਿੱਥੇ ਜਾ ਕੇ ਆਉਣਾ ਹੈਪੀ ਉਹਨਾਂ ਦੇ ਚਾਚੀ ਕੀ ਕਰ ਜਾ ਕੇ ਉਹਨਾਂ ਲਿਆ ਉਹਨੂੰ ਸੱਦ ਕੇ ਲਿਆਉਣਾ ਉਹਨਾਂ ਨੂੰ ਅੱਛਾ ਅੱਛਾ ਰਹਿਣ ਦੇ ਉਹਨਾਂ ਨੂੰ ਸੱਦਣ ਨੂੰ ਜਦੋਂ ਗਲਤੀ ਸਾਰੀ ਮੇਰੀ ਹੈ ਕਿ ਮੈਂ ਹੀ ਜਾਂਦੀ ਹਾਂ ਮੈਂ ਕਹਿੰਦੀ ਹਾਂ ਚਾਚੀ ਵੀ ਸਾਡੇ ਘਰੇ ਆਓ ਮਾੜਾ ਜਾ ਉਹ ਤੇਰੇ ਗੱਲ ਨਾ ਪੈ ਜਾਣ ਉਹ ਵੀ ਬਸ ਲੋੜ ਨਹੀਂ ਹੈਗੀ ਕਿਤੇ ਵੀ ਜਾਣ ਦੀ ਅਸੀਂ ਤਾਂ ਆ ਗਏ ਆ ਲੈ ਲੈ ਵੀ ਇੱਧਰ ਬਹਿ ਜਾ ਆ ਬੈਠ ਬਸ ਕੋਈ ਨਾ ਬਹਿ ਜਾ ਮਾਂ ਜੀ ਦੇਖੋ ਜੀ ਤੁਸੀਂ ਲਾਇਆ ਸੀ ਮੇਰੇ ਤੇ ਚੋਰੀ ਦਾ ਇਲਜ਼ਾਮ ਤੇ ਆ ਫੜੋ ਪੈਸੇ ਜਿਹੜਾ ਗਹਿਣਾ ਗੱਟਾ ਘੜਦਾ ਉਹ ਲਿਆਓ ਪੁੱਤੋ ਜਿਹੜੀ ਕੋਈ ਗਲਤੀ ਹੋਣੀ ਸੀ ਸਾਡੇ ਬੱਚੇ ਤੋਂ ਹੋ ਗਈ ਦੇਖੋ ਇਹ ਗਲਤੀ ਦਾ ਅਸੀਂ ਸਾਥ ਕਿਤੇ ਦੇ ਨਹੀਂ ਸਕਦੇ ਜਿਹੜਾ ਤੇਰੇ ਤੇ
ਘਰੇ ਹੀ ਪਈਆਂ ਸੀਗੀਆਂ ਪੁੱਤ ਉਹ ਘਰੋਂ ਲੀੜਿਆਂ ਚੋਂ ਲੱਭ ਗਈਆਂ ਇਹਨੂੰ ਪਤਾ ਨਹੀਂ ਲੱਗਿਆ ਸੌਰੀ ਨੂੰ ਮਹਾਰਾਜ ਦਾ ਭਾਜੀ ਸਾਡੀ ਪਤਾ ਦਿਲ ਤੇ ਕੀ ਬੀਤੀ ਉਹਦੇ ਜਿੱਦੇ ਐਡੀ ਗੱਲ ਮੇਰੇ ਪੁੱਤ ਨੂੰ ਕਹੀਤੀ ਵੀ ਪੈਸੇ ਲਾ ਦੇ ਸਿਰ ਤੇ ਸਾਡੀ ਸਚਾਈ ਮੈਂ ਆਖਿਆ ਭਾਵਾਂ ਇਹ ਕਹਿੰਦਾ ਮੈਂ ਚੋਰੀ ਕਰੀ ਨੀ ਮਾਂ ਪੁੱਤ ਆਪਾਂ ਤੇਰੇ ਤਾਏ ਦੇ ਦਿਲ ਤੇ ਕੀ ਬੀਤਦੀ ਹੋ ਆਪਾਂ ਪੈਸੇ ਦੇ ਕੇ ਆਈਏ ਆਪਣੀ ਧੀ ਚ ਤੇ ਉਹਨਾਂ ਦੀ ਧੀ ਚ ਕੀ ਫਰਕ ਆ ਤਾਂ ਨਿਆਣਿਆਂ ਦੀ ਗੱਲ ਕਰਤੀ ਕੁੜੀ ਨੇ ਤਾਂ ਉਹ ਵੀ ਗੱਲ ਸਹੀ ਨੀਗੀ ਜੋ ਮੈਂ ਦੇਖਦੇ ਘਰੇ ਪੀਜਾਂ ਦੀ ਮੈਂ ਬਸੇਰਾ ਕੁੜੀ ਲੜੇ ਵਿਆਹ ਕੀ ਕਰਤਾ ਸਾਡੀ ਪੱਟੀ ਮਿਸ ਕਰਤੀ ਲੀੜੇ ਤਾਂ ਤਾਏ ਚੱਕ ਦਿੱਤੇ ਨਾਣੇ ਮੰਗਰੋਂ ਇਹਦੇ ਵੀ ਜ਼ਿਆਦਾ ਵੀ ਲੀੜੇ ਤਾਂ ਮੈਂ ਚੱਕੇ ਨੇ ਤੋਂ ਬੰਦੇ ਨੂੰ ਸਾਡੇ ਪਤਾ ਕੀ ਦਿਮਾਗ ਤੇ ਬੀਤੀ ਉਦੋਂ ਜਦੋਂ ਸਾਨੂੰ ਤੁਸੀਂ ਐਡਾ ਵੱਡਾ ਇਲਜ਼ਾਮ ਲਾਤਾ ਮੇਰਾ ਤਾਂ ਮਰਨ ਹੋਇਆ ਪਿਆ ਸੀ ਆਪਣਾ ਪਰਿਵਾਰ ਪਰਮਾਤਮਾ ਨੇ ਮਿਲਾਈ ਦਿੱਤਾ ਤੇ ਮੇਰੇ ਤਾਂ ਬੋਲੀ ਯਾਦ ਆ ਗਈ ਫਿਰ ਵੀ ਆਵੀ ਬਾਬਾ ਨਾਨਕਾ ਜਾਵੀ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਚਾਚੇ ਦੀ ਨਾ ਫੋਟੋ ਚੱਕੀ ਖੜਾ ਸੀ ਮੈਨੂੰ ਆਏ ਸੀ ਕਿਤੇ ਕਮਲੇ ਜੇ ਨੇ ਇਸੇ ਨੇ ਮੈਨੂੰ ਵੀ ਗਲਤੀ ਫਹਿਮੀ ਹੋ ਗਈ ਕਹਿੰਦੇ ਹੁੰਦੇ ਗਲਤ ਫਹਿਮੀ ਨਾ ਹੋਵੇ ਮੇਰੇ ਬਾਪੂ ਦੇ ਤਾਂ ਪਹਿਲੀ ਉਹ ਗੱਲ ਹੋ ਗਈ ਸੀ ਚਾਰੇ ਖੁੰਜੇ ਹਲੇ ਬਾਪਣੇ ਥੋੜਾ ਜਿਹਾ ਅਸੀਂ ਆਪਣੇ ਪੁਰਾਣਾ ਜਿਹੜਾ ਵਿਰਸਾ ਹੈ ਉਹਨੂੰ ਦਿਖਾਇਆ ਗਿਆ ਵੀਡੀਓ ਦੇ ਵਿੱਚ ਵੀ ਉਹਨੂੰ ਨਾ ਭੁੱਲੋ ਤੇ ਇੱਕ ਗੱਲ ਹੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਜਿੰਨਾ ਚਿਕਰ ਆਪਾਂ ਅੱਖੀ ਨੀ ਦੇਖਦੇ ਜਾਂ ਕੰਨੀ ਨੀ ਸੁਣਦੇ ਹੈਗੇ ਸਹੀ ਗੱਲ।